내냐 바지 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 이놈아 슬기 알라 हालिया कैंसिया कैंसिया मोलिया रखड़े पर देखो सारे आ गए मैं मैसा कैंसे आई क्या हाल ठीक हो तो भी ठीक है मैं मामा यकूब तो सा यूट्यूब चैनल थे नजारे क्या हाल ठीक हो तो भी ठीक है पहले तो डेढ़ डेढ़ मुबारक ईद का ईद उल फितर डेढ़ डेढ़ मुबारक बाद हथा पे ईद नमाज पढ़ा तो साढ़े गाँव मस्जिद ईद नमाज पढ़ा पे फिलहाल जल्दी साह तो साह चढ़िया वे तो सामने वो मौली साहब की आवाज़ तो सुन देनी पी होती ईद नमाज पढ़ जाए तो ये ना हो ऐसा बदे रहूँ तो ईद नमाज थी वे तो अजू ले पाए ईद नमाज पढ़ जाए तो मुकम्मल भी उड़ गए क्या हाल ईद मुबारक ले जा अच्छा फिलहाल एडवांस मुबारक थी गई ईद नमाज पढ़नी है ईद नमाज पढ़ी पीछे तो घुमाएं रेल मुबारक देना फिलहाल जुले पाए मस्जिद को व्यू देखने आए तो साढ़े इलाके ईद नमाज पढ़ी है कितना आवाम होती है उन बाद कितना खुशियां मनाया मैंने आज सारी डिमार तो अगू सारा जरा व्यू होती तो शेयर कर सूँ वीडियो शुरू पहले चैनल कर सब्सक्राइब कर शुरू कर मैं वीडियो भजे भजे चेर खिला भाई चढ़ गया मोलिंग थल चढ़ गए ईद नमाज पढ़ा बजते मैं हर मस थक पिया हाल ऐसा कैंसिया कैंसिया मोलिया रखड़े पर देखो सारे आ गए मैं मैसा कैंसे आई नहीं भज 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 ई नमाज सीख गए अल्लाह जरा मतलब लेट आने का उनका इो अंजाम होता है तो ईद नमाज पढ़ के उन्होंने घर तो लोग के पढ़ी ईद नमाज आवाम से ईद नमाज पढ़ के हूँ निकली आने मस्जिद ईद मुबारक क्या हाल सही ठीक हो खैर मुबारक मेरा अदा लोग के नमाज पढ़िए जनाब क्या हाल है ठीक हो फिर तो ईद मुबारक हाँ
ਤੇ ਹੁਣ ਇਹਨਾਂ ਬਾਅਦ ਪੜ੍ਹੀ ਬਣਿਆ ਹੈ ਤੇ ਹੁਣ ਬਾਅਦ ਅਸੀਂ ਹੁਣ ਘਰ ਤੋਂ ਬਹਿੰਦੇ ਪਏ ਤੇ ਬੱਚੇ ਬੱਚੇ ਨਾਲ ਪਹਿਲੇ ਤਾਂ ਸੀਵਾਂ ਖਾਣ ਪੈ ਗਏ ਅਸਾਂ ਅੱਗੇ ਤਾਂ ਸਵਾਬ ਸੀ ਵਿੱਚ ਤੇ ਇਹਨੂੰ ਤਾਂ ਸਵਾਬ ਜੋ ਕਹਿੰਦੇ ਆ ਜਿਹੜਾ ਮੇਨ ਸਵਾਬ ਹੈ ਤੇ ਸਾਡੇ ਅਸਾਂ ਪਹੁੰਚ ਗਿਆ ਨਹਿਰ 'ਤੇ ਤੂੰ ਨਹਿਰ ਦਾ ਵਿਊ ਦਿਖਿਆ ਨਾ ਗਾਉਂ ਦੀ ਨਹਿਰ ਕੜੇ ਵਾ ਨਹਿਰ 'ਤੇ ਰਹਿੰਦੀ ਹੈ ਅਸਾਂ ਸਹੀ ਵਧਿਆ ਦਾ ਇਹ ਅੱਗੋਂ ਨੂੰ ਯੂਟਿਊਬਰ ਵਧਿਆ ਹੈ ਲੇਕਿਨ ਲਿਫਟ ਨਹੀਂ ਦਿੰਦੇ ਪਾ ਅੱਜ ਇਹ ਮੇਨ ਠੋਕਰ ਹੈ ਅਸੀਂ ਛੋਟੇ ਲੈ ਤਾਂ ਦੰਦ ਆਸੇ ਇਹਦਾ ਮੈਂ ਕਈ ਦਫ਼ਾ ਮੂਵੀ ਬਣਾ ਗਿਆ ਇਹ ਜਹਾਜ਼ ਤੁਸੀਂ ਇਹਨੂੰ ਆਵਾਮ ਇਹ ਮਤਲਬ ਪੜ੍ਹ ਕੇ ਤੇ ਵੱਲ ਵਾਪਸੀ ਘਰ ਤੋਂ ਨਹੀਂ ਦੀ ਮੈਰਾ ਜਾਂ ਛੋਟੇ ਲਾ ਟੁੱਬੀ ਕਿਵੇਂ ਮਰਿੰਦਾ ਸੇ ਨਹੀਂ ਇਹਦਾ ਜੀ ਦੰਦ ਆਸੇ ਛੋਟੇ ਲਾ ਲੇਕਿਨ ਹੁਣ ਨਹਿਰ ਸੁੱਕੀ ਪਈ ਹੈ ਹੁਣ ਨਾ ਟੁੱਬੀ ਮਾਰ ਦੇਣੀ ਇਹ ਨਹਿਰ ਦਾ ਦੰਦ ਰਹਿ ਗਿਆ ਹੈ ਟੁੱਬੀਆਂ ਮੈਂ ਰਹਿ ਗਿਆ ਸਾਰੀ ਨਾਲ ਮੱਛਾਂ ਪਕੜਨ ਦਿਆ ਸੇ ਤੇ ਲੇਕਿਨ ਅੱਛਾ ਮਰੇ ਜਿਹਨੇ ਮੱਛਾ ਪਕੜਨ ਆਈ ਉਦੋਂ ਅੰਗਲੇ ਅੰਗਲ ਦਾ ਇਸ਼ਾਰਾ ਇੱਠਾ ਸੀ ਇਹ ਜਿਹਨੇ ਮੱਛਾ ਨਹੀਂ ਆਲਾ ਭੋਂਡ ਭੋਂਡ ਖਾਂਦਾ ਤਲ ਤਲ ਗਿਆ ਬਤਰੀ ਜਾ ਇਹ ਮੁਬਾਰਕਾਂ ਓ ਕਾਇਰ ਮੁਬਾਰਕਾਂ ਮੈਨੂੰ ਯਾਦ ਆਏ ਅੱਧਾ ਸਫਾ ਤੂੰ ਕਰ ਤੇ ਅਸਾਂ ਹੁਣ ਇਹ ਨਮਾਜ਼ ਪੜ੍ਹੀ ਵੰਨੇ ਆਏ ਤੂੰ ਕੀ ਮੈਂ ਤੂੰ ਆਪਣਾ ਹਾਲ ਦੱਸੇ ਮੈਂ ਹਾਂ ਮੈਂ ਸਾਹਿਬ ਮੈਂ ਘਰੋਂ ਨਿਕਲਦਾ ਅੱਜ ਦੀ ਗੱਲ ਅੱਜ ਦੀ ਗੱਲ ਸਲੀਮ ਸਿਟੀ ਦੀ ਗੱਲ ਟੁਰਦਾ ਆਇਆ ਠੀਕ ਹੈ ਅੱਗੋਂ ਆਇਆ ਵਜ਼ੂ ਕੀਤੇ ਮੈਂ ਠੀਕ ਹੈ ਵਜ਼ੂ ਜੋ ਕੀਤੇ ਮੈਂ ਪਿੱਛੋਂ ਇੱਕ ਬੰਦਾ ਆ ਗਏ ਠੀਕ ਹੈ ਮੈਂ ਕਿ ਕਿਥਾਂ ਮੈਂ ਦਾ ਪਾਇਆ ਮੈਂ ਕਿ ਮੇਰੇ ਮਾਤਾ ਦਾ ਬੰਦਾ ਨੇਕ ਇਰਾਦਾ ਕਰੇ ਦਾ ਅੱਲਾ ਸੇ ਬੁਲਾ ਪਿੱਛੇ ਉਂਦਾ ਕੋਈ ਸਬਾ ਬੜਾ ਕਿੰਨੇ ਹਨਾ ਬਸ ਮੈਂ ਜੋ ਟੁਰਿਆ ਇਹਨੇ ਕਿਥਾਂ ਮੈਂ ਦਾ ਪਾਇਆ ਮੈਂ ਕਿ ਇਥੇ ਇਧਰ ਮਾਸ ਬਣਾ ਜੇ ਮੈਂ ਉਡੇ ਹੀ ਮੈਂਦਾ ਪਿਆ ਜੀ ਰੋਈ ਮਸਜਿਦ ਦੇ ਦਰਵਾਜ਼ੇ 'ਚ ਆ ਖੜਾ ਸੀ ਠੀਕ ਹੈ ਮੈਂ ਜਲੇ ਆਇਆ ਵਾਂ ਟਿਕ ਲਗੀ ਬੈਠੀ ਆਈ ਹਾਏ ਹਾਏ ਦਈ ਦੇ ਸਾਥ ਦੇਈ ਪਈ ਆਈ ਅੱਛਾ ਤੈਂ ਸਮਝਿਆ ਸੀ ਮੈਂ ਵੇਨਾ ਪਿਆ ਮੈਂ ਕਿ ਮੈਂ ਕੱਲਾ ਵੇਦਾ ਬੇਬੀ ਆ ਕਿ ਰਮੌਲੀ ਕੋਲ ਆਂਦੇ ਇੱਥੇ ਮੌਲੀ ਕੱਲਾ ਬੈਠੇ ਸੀ ਇਹ ਜੋ ਵੱਡਾ ਤਾਰਾ ਕਾਕਾ ਉਹ ਟੁੱਟਦਾ ਨਾ ਮੈਂ ਨਹੀਂ ਨਮਾਜ਼ ਪੜ੍ਹ ਕੇ ਅੱਜ ਦਾ ਨਾਲ ਫਿਲਮ ਬੜੀਏ ਕੀ ਬਾਤ ਇਹ ਨਮਾਜ਼ ਪੜ੍ਹੀ ਏ ਈਦ ਮੁਬਾਰਕ ਈਦ ਮੁਬਾਰਕ ਕੀ ਹਾਲ ਠੀਕ ਹੋ ਈਦ ਮੁਬਾਰਕ ਰੋਜ਼ ਰੱਖਿਆ ਤੂੰ ਦਾੜੀ ਮੁੱਛਿਆ ਲੈ ਤੂੰ ਦਾੜੀ ਮੁੱਛਿਆ ਲੈ ਜ਼ੈਨ ਹਾਲੇ ਛੋਟਾ ਜਿਹਾ ਤੈਰੂ ਦੇ ਫਾੜ ਦੇ ਜ਼ੈਨ ਮੈਂ ਸਮਝਾ ਆਪਣੇ ਖੁਸ਼ੀ ਨਾਲ ਰੋਜ਼ ਰੱਖੇ ਤੈਰੂ ਦੇ ਫਾੜ ਦੇ ਮਜਬੂਰੀ ਤੂੰ ਰੱਖਣਾ ਹੈ ਚਲੋ ਅਜੇ ਤੱਕ ਛੁਟਕਾਉਣਾ ਮੁਬਾਰਕਾਂ ਦੇ ਗਿਆ ਅਸਾਂ ਭੱਜਿਆ ਸੀ ਤੇ ਭੱਜੇ ਫੌਜ ਫੌਜ ਫੌਜੀ ਦੌੜ ਨਹੀਂ ਕਰਦੇ ਜਿੱਥੇ ਵੀਡੀਓ ਦਿਖਾਈ ਇਦੋ ਸਭ ਸ਼ਰਮ ਆਉਂਦੀ ਹੈ ਠੀਕ ਹੈ ਬਸ ਮਿਲਦੇ ਹਾਂ ਚੱਲ ਰੋਜ਼ਾ ਹੈ ਕੀ ਰੱਖਿਆ ਕੋਈ ਗੱਲ ਮੈਂ ਤੁਹਾਨੂੰ ਮੈਂ ਇਹ ਡਾਢ ਵਾਰਾ ਠੀਕ ਹੈ ਪਤਾ ਇਹ ਮੇਰਾ ਵਲੌਗ ਕਿਉਂ ਨਹੀਂ ਆਉਂਦਾ ਰਹਿ ਗਿਆ ਮੈਂ ਵੀਡੀਓ ਕਿਉਂ ਨਹੀਂ ਬਣਾਉਂਦਾ ਰਹਿ ਗਿਆ ਮੈਂ ਇਤਕਾਫ ਹੀ ਬੈਠਾ ਰਹਿ ਗਿਆ ਠੀਕ ਹੈ ਮੈਂ ਉੱਥਾਂ ਵੀਡੀਓ ਬਣਾਉਂਦਾ ਰਹਿ ਗਿਆ ਅਤੇ ਇਨਸ਼ਾਅੱਲਾ ਹੁਣ ਇਵੇਂ ਧੜਾ ਧੜ ਮੌਲੀ ਮੌਲੀ ਆਸਨ ਇਵੇਂ ਮੁਕੰਮਲ ਇਵੇਂ ਯੱਕੇ ਬਿਆਨ ਹੋਸਨ ਯੱਕੇ ਮਸਜਿਦ ਦੇ ਮੌਲੀ ਹੋਸਨ ਟੋਟਲ ਕਿਉਂਕਿ ਮੈਂ ਉੱਥੇ ਹੀ ਰਹਿ ਗਿਆ ਅਤੇ ਉੱਥਾਂ ਡਾਢ ਵਾਰਾ ਇਤਕਾਫ ਹੀ ਬੈਠਿਆ ਅਲਹਮਦੁਲਿਲਾ ਅਤੇ ਉਦੋਂ ਮੈਂ ਰਾਤ ਵਜਾਂ ਅਤੇ ਉਹਦੇ ਬਾਅਦ ਜਦੋਂ ਸਬਜ਼ੀ ਸਾਡੀ ਤਿਆਰ ਥਈ ਪਈ ਤਾਂ ਮੈਂ ਉਹਦਾ ਵਿਊ ਦਿਖਿਆ ਨਾ ਤਿਆਰ ਹਨ ਵਿੱਚ ਭਿੰਡੇ ਕੋਲੋਂ ਗੰਦ ਜ਼ਿਆਦਾ ਤਿਆਰ ਹੈ ਇਹ ਸਾਡੇ ਭਿੰਡੇ ਹੀ ਹਨ ਵਿੱਚ ਕਮਾਨ ਸੀ ਆਪ